ਤੇ ਪੰਜ ਐਤਵਾਰ ਆਉਣ ਦੇ ਨਾਲ ਹੀ ਉਹ ਜਿਹੜੇ ਕਸ਼ਟ ਉਹ ਸਾਰੇ ਕੱਟੇ ਜਾਂਦੇ ਆ। ਛੱਤੀ ਰੋਗ ਜੀ, ਛੱਤੀ ਰੋਗ ਬਾਬਾ ਜੀ, ਛੱਤੀ ਰੋਗ ਜਿਹੜੇ ਆਉਂਦੇ ਆ ਨਾ, ਕਈ ਬੰਦੇ ਇੱਥੋਂ ਹਾਰਟ ਦੇ ਮਰੀਜ਼ ਵੀ ਠੀਕ ਹੋਏ ਆ, ਕੋਈ ਕਿਸ ਤਰ੍ਹਾਂ ਦੇ ਉਹ ਵੀ ਠੀਕ ਹੋਏ ਆ। ਰੋਗ ਛੱਤੀ ਰੋਗ ਛਰਬ ਰੋਗ ਦਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਉਂਦੇ ਮਹਾਂਮਹਾਂਕਾਰ। ਜਿਹੜੇ ਵੀ ਸਰੀਰਕ ਰੋਗੀ ਦਾ ਰੋਗ ਇੱਥੇ ਆਉਂਦਾ ਹੈ, ਡਾਕਟਰ ਜਵਾਬ ਦਿੰਦੇ ਹਨ। ਇੱਥੇ ਆਣ ਕੇ ਸ਼ਰਧਾ ਭਾਵਨਾ ਨਾਲ ਸੇਵਾ ਕਰਦਾ ਹੈ ਗੁਰੂ ਘਰ ਦੀ, ਗੁਰੂ ਘਰ ਦੇ ਮਨ ਬਾਂਛਿਤ ਫਲ ਨਵਾਂ ਨਰਿਆ ਹੋ ਜਾਂਦਾ ਸਭ ਰੋਗ। ਦਰਸ਼ਨ ਕਰੋ ਅਜਿਹੇ ਗੁਰਦੁਆਰਾ ਸਾਹਿਬ ਦੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਨਾਗਾਂ ਦੀ ਪੂਜਾ ਹੁੰਦੀ ਹੈ। ਜੀ ਹਾਂ, ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨੇੜੇ ਪਿੰਡ ਉਦੋਕੇ ਵਿਖੇ ਸਥਿਤ ਗੁਰਦੁਆਰਾ ਨਾਗੀਆਣਾ ਸਾਹਿਬ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਨਾਗਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇੱਥੇ ਪੂਰੀ ਸ਼ਰਧਾ ਭਾਵਨਾ ਨਾਲ ਪੰਜ ਐਤਵਾਰ ਇਸ਼ਨਾਨ ਕਰਨਾ ਸਰੀਰ ਦੇ ਛੱਤੀ ਰੋਗਾਂ ਤੋਂ ਨਿਜਾਤ ਮਿਲਦੀ ਹੈ। ਖਾਸ ਕਰਕੇ ਜਿਨ੍ਹਾਂ ਨੂੰ ਸੱਪ ਦਾ ਕੱਖ ਲੱਗ ਜਾਂਦਾ ਹੈ ਜਾਂ ਫਿਰ ਚਮੜੀ ਰੋਗ ਹੋ ਜਾਵੇ ਉਹਨਾਂ ਮਰੀਜ਼ਾਂ ਲਈ ਵਰਦਾਨ ਹੈ ਇਹ ਗੁਰਦੁਆਰਾ ਨਾਗੀਆਣਾ ਸਾਹਿਬ। ਅਤੇ ਉੱਥੇ ਹੀ ਮੁੱਖ ਸੇਵਾਦਾਰ ਬਾਬਾ ਕਵਲਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਰੋਗ ਇਸ ਗੁਰਦੁਆਰਾ ਸਾਹਿਬ ਤੋਂ ਠੀਕ ਹੋ ਜਾਂਦੇ ਹਨ ਉਹ ਠੀਕ ਹੋਣ ਤੋਂ ਬਾਅਦ ਆਪਣੀ ਸ਼ਰਧਾ ਅਨੁਸਾਰ ਵੱਖ ਵੱਖ ਧਾਤਾਂ ਜਿਵੇਂ ਸੋਨਾ, ਚਾਂਦੀ, ਤਾਂਬਾ ਅਤੇ ਪਿੱਤਲ ਦੇ ਨਾਗ ਬਣਾ ਕੇ ਸ਼ਰਧਾ ਭਾਵਨਾ ਨਾਲ ਚੜਾਉਂਦੇ ਹਨ। ਇਸ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਪਾਠ ਚੱਲਦੇ ਰਹਿੰਦੇ ਹਨ। ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਇੱਥੇ ਨਤਮਸਤਕ ਹੋਣ ਪਹੁੰਚਦੀਆਂ ਹਨ। ਕੱਖ ਲੱਗ ਜਾਂਦਾ, ਬਹੁਤ ਲੋਕਾਂ ਨੇ ਵੀ ਵਗੀ ਜਾਂਦੇ ਆ, ਹੱਥ ਵਗੀ ਜਾਂਦੇ ਆ, ਕਈਆਂ ਦੇ ਪੈਰ 'ਤੇ ਲੱਗ ਜਾਂਦਾ, ਇਹ ਸਰੀਰ 'ਤੇ ਵੀ ਲੱਗ ਸਕਦਾ। ਉਹਨਾਂ ਦੇ ਵਾਸਤੇ ਇੱਥੋਂ ਦੇਵਤੇ ਲੈ ਕੇ ਇਸ਼ਨਾਨ ਕਰਾ ਕੇ ਸਰੋਵਰ ਦੇ ਵਿੱਚੋਂ ਅਤੇ ਅੰਦਰ ਮਹਾਰਾਜ ਜੀ ਹਜ਼ੂਰੀ ਚੜ੍ਹਾਏ ਜਾਂਦੇ ਆ ਅਤੇ ਫਿਰ ਇੱਥੋਂ ਹੀ ਕਬੂਤੀ ਦਿੱਤੀ ਜਾਂਦੀ ਆ ਰੱਖ, ਉਹ ਅਤੇ ਪਾਣੀ ਦੇ ਨਾਲ ਗਿੱਲੀ ਕਰਕੇ ਲਾਈ ਜਾਂਦੀ ਆ ਅਤੇ ਪੰਜ ਐਤਵਾਰ ਆਉਣ ਦੇ ਨਾਲ ਹੀ ਉਹ ਜਿਹੜੇ ਕਸ਼ਟ ਉਹ ਸਾਰੇ ਕੱਟੇ ਜਾਂਦੇ ਆ। ਇਕੱਲਾ ਨਾਗਾਂ ਦਾ ਹੀ ਇੱਥੇ ਚੜ੍ਹਾਏ ਜਾਂਦੇ ਨੇ ਜਿਹੜੇ ਜਿਹੜੇ ਕੱਖ ਲੱਗ ਜਾਂਦਾ ਜਾਂ ਕੱਟੇ ਜਾਂਦੇ ਉਹ ਇੱਕ ਜਾਂ ਹੋਰ ਵੀ ਚਮੜੀ ਦੇ ਰੋਗ ਜਿਹੜੇ ਆ ਉਹ ਸਾਰੇ ਛੱਤੀ ਰੋਗ ਜੀ, ਛੱਤੀ ਰੋਗ ਬਾਬਾ ਜੀ, ਛੱਤੀ ਰੋਗ ਜਿਹੜੇ ਆਉਂਦੇ ਆ ਨਾ, ਕਈ ਬੰਦੇ ਇੱਥੋਂ ਹਾਰਟ ਦੇ ਮਰੀਜ਼ ਠੀਕ ਹੋਏ ਆ, ਕੋਈ ਕਿਸ ਤਰ੍ਹਾਂ ਦੇ ਉਹ ਵੀ ਠੀਕ ਹੋਏ ਆ। ਪ੍ਰਸ਼ਾਦ ਸਿਰ ਜਗਤ ਕਰਾਇਆ ਜਾਣੇ ਆਵਣ ਕਾ ਇਹ ਸੁਹਾਵ ਜਨਕੇ ਸੰਗਤ ਆਵੇ ਨਾ, ਇਹ ਉਹ ਸਥਾਨ ਹੈ ਜਿੱਥੇ ਗੁਰਦੁਆਰਾ ਸਾਹਿਬ ਥੰਮ ਸਾਹਿਬ 9 ਮਹੀਨੇ 26 ਦਿਨ ਗੁਰੂ ਨਾਨਕ ਦੇਵ ਜੀ ਉੱਥੇ ਰਹੇ। ਇੱਥੇ ਆਣ ਕੇ ਜੋ ਸੈਰ ਕਰਨ ਆਉਂਦੇ ਸੀ, ਜੋ ਮਹਾਂਪੁਰਖ ਦੇ ਨਾਗੂ ਗੋਦ ਦੇ ਜਠੇਰੇ ਦੱਸੇ ਜਾਂਦੇ ਹਨ, ਜੋ ਛੀਨਾ ਮਸ਼ੀਨਾ ਬਜ਼ੁਰਗ ਇੱਥੋਂ ਦੇ ਨਗਰ ਦੇ ਹਨ, ਉਹਨਾਂ ਨੇ ਦੱਸਿਆ ਕਿ ਜਿਹੜੇ ਨਾਗ ਦੇਵਤੇ ਨੇ ਗੁਰੂ ਨਾਨਕ ਦੇਵ ਜੀ ਨੂੰ ਨਨਕਾਣਾ ਸਾਹਿਬ ਸਾਗ ਕੀਤੀ ਆ, ਉਹ ਨਾਗ ਦੇਵਤਾ ਸਤਿਗੁਰਾਂ ਦੇ ਦਰਸ਼ਨਾਂ ਤੋਂ ਵਿਆਕੁਲ ਹੋ ਕੇ ਇੱਥੇ ਆਣ ਕੇ ਆਇਆ। ਆਉਣ ਕਰਕੇ ਉਹਨੇ ਆਖਿਆ ਮਹਾਰਾਜ ਕਿਰਪਾ ਕਰੋ, ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਰਹਿ ਨਹੀਂ ਸਕਦਾ। ਮਾਂ ਗੁਰੂ ਨਾਨਕ ਦੇਵ ਜੀ ਆਖਣ ਲੱਗੇ ਭਾਈ ਹੁਣ ਤੇਰਾ ਸਰੀਰ ਛਾਲੇ ਛਾਲੀ ਰਗੜਿਆ ਗਿਆ ਹੈ, ਛਿਲਿਆ ਗਿਆ, ਤੂੰ ਇੱਥੇ ਰਹਿ ਕੇ ਸੰਗਤਾਂ ਦਾ ਉਧਾਰ ਕਰ। ਉਹ ਦੇਵਤਾ ਇੱਥੇ ਆਣ ਕੇ ਸਤਿਗੁਰਾਂ ਦੇ ਵਚਨ ਅਨੁਸਾਰ ਰਹਿ ਕੇ ਸੰਗਤਾਂ ਦਾ ਉਧਾਰ ਕਰਦਾ। ਜੋ ਵੀ ਚਮੜੀ ਦਾ ਰੋਗ, ਛੱਤੀ ਰੋਗ, ਛਰਬ ਰੋਗ ਦਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਉਂਦੇ ਮਹਾਂਮਹਾਂਕਾਰ। ਜਿਹੜੇ ਵੀ ਸਰੀਰਕ ਰੋਗੀ ਦਾ ਰੋਗ ਇੱਥੇ ਆਉਂਦਾ ਹੈ, ਡਾਕਟਰ ਜਵਾਬ ਦਿੰਦੇ ਹਨ। ਇੱਥੇ ਆਣ ਕੇ ਸ਼ਰਧਾ ਭਾਵਨਾ ਨਾਲ ਸੇਵਾ ਕਰਦਾ ਹੈ ਗੁਰੂ ਘਰ ਦੀ, ਗੁਰੂ ਘਰ ਦੇ ਮਨ ਬਾਂਛਿਤ ਫਲ ਨਵਾਂ ਨਰੋਆ ਹੋ ਜਾਂਦਾ ਸਭ ਰੋਗ ਮਟਾਵੇ ਨਵਾਂ ਨਰੋਆ ਨਾਨਕ ਰੱਖਾ ਆਪੋ ਹੋਆ ਵਾਲੀਆਂ ਬਖਸ਼ਾਂ ਕਰਕੇ। ਇਹ ਜਿਹੜਾ ਸਥਾਨ ਹੈ ਇਹ ਇਤਿਹਾਸ ਦੇ ਵਿੱਚ ਕਿਤੇ ਲਿਖਿਆ ਨਹੀਂ ਮਿਲਦਾ, ਜੋ ਗੁਰੂ ਨਾਨਕ ਦੇਵ ਜੀ ਇੱਥੇ ਦਰਸ਼ਨਾਂ ਸੈਰ ਕਰਨ ਆਉਂਦੇ ਸਨ ਉਹਨਾਂ ਦਾ ਸਥਾਨ ਹੈ। ਮਹਾਂਪੁਰਖ ਸੰਤ ਬਾਬਾ ਜੁਗਤ ਸਿੰਘ ਜੀ ਨੇ ਬਹੁਤ ਕਿਰਪਾ ਕੀਤੀ ਹੈ। ਜਿੱਦਾਂ ਬਾਬਾ ਜੀ ਨੇ ਤੁਹਾਨੂੰ ਦੱਸਿਆ ਇੱਥੇ ਨਾਗ ਦੇਵਤੀ ਜਗ੍ਹਾ ਸ਼ੀਸ਼ ਨਾਗ ਦੇਵਤਾ ਜੀ, ਜਾਂ ਆਪਾਂ ਤੁਹਾਡੇ ਸਾਹਮਣੇ ਇੱਥੇ ਸੇਵਾ ਹੁੰਦੀ ਹੈ ਮਾਲਕਾਂ ਦੀ, ਜੋ ਸੰਗਤ ਇੱਥੇ ਆਉਂਦੀ ਉਹਨਾਂ ਦੀ ਪੂਰੀ ਇਤਿਹਾਸਾਂ ਦਾ ਪੂਰੀ ਹੁੰਦੀਆਂ ਨੇ ਸੀਗੇ ਮਾਲਕ ਦੀ ਚੋਰ ਕੀਤਾ। ਮੈਂ ਇਹੋ ਕਹਿਣਾ ਚਾਹੁੰਦਾ ਕੌਣ ਕੌਣ ਕਿੰਨੇ 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 ਦੂਰੋਂ ਲੋਕ ਆਉਂਦੇ ਦੂਰੋਂ ਦੇ ਹਿਮਾਚਲ ਤੱਕ ਘੁੰਮਦੇ ਨੇ, ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ।
शेष नाग देवता जी ने उन्होंने कृपा के नाल सारे मरीज ठीक हो जिदा ही जो भी आसला है कहीं मराज पूरी नहीं संगत ने चढ़ाया मतलब किसी को चमड़ी का रोग होया हो या किसी के सारे शरीर में एलर्जी वगैरह हो गई तो वाहगुरू के नाल ही जुड़ के उन्होंने नाल चरणों की बेनती करते हैं बालक सानू तंदुरुस्ती देवे उस तरह असं इतने चांदी रहे जिदा की साड़ी भावना अश्व देवते चढ़ाने स्नान करवा के पांच ऐतवार होने के नाल मन कृपा करते हैं वाहगुरू जी का बहुत वाहसा धन 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 जने आया जिस प्रसाद सब जगत त्राया जने आवन का एह सुहाओ जन के संग चिते आवे नाओ आप मुक्त मुक्त करे संसार नानक ते जन को सदा नमस्कार। धन धन संत बाबा चुगा सिंह जी जिन्हां दी इस जगह नूं बड़ी वड्डी देन है। ये जगह महापुरश संत बाबा चुगा सिंह जी ने प्रगट की इत्थे फिर उन्होंने सेवा आरंभ की। सब तो पहला गोदर साहब इत्थे उसारी की जो कि इन्होंने आप दिन रात मेहनत करके सेवा करके इस गुरद्वारे साहब की उसारी की। फिर गुरु ग्रंथ साहब जी का प्रकाश किया फिर संगत इत्थे शुरू हुई आने वास्ते। सो उस तो बाद संत बाबा चुगा सिंह जी ने स्कूल चालू किया विद्या का जरा वा दान दिता बच्चों होर भी इन्होंने कार्ज इत्थे कीते जी। जिस तरह वेखो कई कख लग जाता उन्होंने इतने नाग लैके चढ़ाते हैं और रख दई जी आ जिन्हें तो कख लगा हों जो रख लाने दस पंद्रह दिन च मरीज जरा ठीक हो के तो महाराज तो शुकराना करता जी। हर वर्ग के लोग आते हैं जी इतने हम बड़ी कृपा ऐतवार तो बहुत रौनक होंगी है तुम वेख्या ही है तो होर भी जिस तरह अपने चांदी दे पिंतल दे सोने दे भी चढ़ाते हैं लोग जिस तरह किसी की श्रद्धा हाँ जिस तरह कई शरीर बहुत गल जाता मास जरा लथना शुरू हो जाता वह भी इतने मरीज आ के इनान करते हैं महीना दो महीने करते हैं इनान तो कृपा हो जाती है महाराज की ठीक हो जाते हैं।